ਭਾਈ ਮਾਸਟਰ ਜੀ ਨਹੀਂ ਆਏ, ਛੁੱਟੀ ਕਰ ਚੱਲ ਜਾ। ਸਲਾਮ ਅਲੈਕੁਮ ਤੇ ਜੀ, ਜਿਵੇਂ ਕਾਇਦਾ ਪੜ੍ਹਨ ਆਇਆ ਇੱਥੇ। ਜਾਨੀ ਜੀ ਔਰ ਮਾਨੀ ਜੀ, ਬੀਬੀ ਜੀ, ਇਹ ਮੇਰੇ ਹਸਬੰਡ ਹੈ। ਇਹ 5 ਕਰੋੜ ਰੁਪਏ ਦਾ ਲਿਆ ਜੀ? ਜੀ ਹਾਂ। 15 ਕੁੱਤੇ ਆਉਣੇ ਸਨ ਏਡੇ ਏਡੇ ਵੱਡੇ ਮੂੰਹ ਵਾਲੇ। ਇਹਦੀ ਭੈਣ ਦਾ ਵਿਆਹ, ਇਹਨੇ ਬੰਬ ਚਲਾਇਆ, ਬੰਬ ਚੱਲਿਆ ਹੀ ਨੀ। ਕਹਿੰਦਾ ਲਓ ਇਹੋ ਜਿਹੀ ਭੈਣ ਗੰਦੀ, ਉਹੋ ਜਿਹਾ ਅਸਲਾ ਗੰਦਾ। ਇਹਨੇ ਬੋਲਣ ਵਾਲਾ ਤੋਤਾ ਰੱਖਿਆ, ਜਿੱਦਣ ਇਹਦੀ ਭੈਣ ਦਾ ਵਿਆਹ, ਇਹਨੇ ਤੋਤਾ ਹੀ ਮਾਰਤਾ। ਕਿਉਂ? ਉਹ ਜੰਝ ਆ ਕੇ ਬੈਠੀ, ਤੋਤਾ ਸਾਰੇ ਜੰਝ ਨੂੰ ਵੇਖ ਕੇ ਕਹਿੰਦਾ ਓਏ ਪਹਿਲੇ ਤਾਂ ਇਕੱਲੇ ਇਕੱਲੇ ਆਉਂਦੇ, ਸਾਰੇ ਇਕੱਠੇ ਹੀ ਆ ਗਏ। ਬੰਦੇ ਜੀਓ ਤੇ ਆ ਕੇ ਕਹਿ ਦਿੰਦੇ, ਜਦ ਮੇਰੀ ਦੋਨੋਂ ਪੈਰੇ ਉਠਾਏਗੀ ਮੈਂ ਪਾਸ ਹੀ ਖੜਾ ਹੋਆ ਦਾ। ਉਹ ਬਗੈਰ ਤਾਂ ਘੋੜਾ ਲੈ ਕੇ ਮਗਰ ਜਾ ਤੂੰ। ਔਰ ਚੱਲ ਮੇਰੀ ਤੇ ਬੇਵਕੂਫੀ ਨੇ ਇਹ ਖਿਡਾ ਨੇ ਲੈ ਕੇ, ਅੱਲਾ ਨੇ ਧੀ ਦਿੱਤੀ ਤੇ ਜਾ ਕੇ ਨਾਈ ਲੈ ਆਪੇ ਦੇ ਘਰ। ਬੱਚਿਆਂ ਦੀ ਝੰਡ ਨਹੀਂ ਲਵਾਈ ਦੀ, ਬੇਬਤਮੀਜ਼ਾ ਨਹੀਂ। ਆਪੇ ਦੇ ਘਰ ਪੁੱਤਰ ਹੋਇਆ, ਦਾਈ ਲਿਆ ਕੇ ਗਿਆ, ਮੁਬਾਰਕ ਹੋਏ ਤੇਰੇ ਘਰ ਪੁੱਤਰ ਹੋਇਆ। ਇਹ ਦਾਈ ਨੂੰ ਕਹਿੰਦਾ ਤੂੰ ਮੇਰੀ ਬੀਵੀ ਨਾ ਦੱਸੀ, ਉਹਨੂੰ ਮੈਂ ਸਰਪ੍ਰਾਈਜ਼ ਦਿਆਂ। ਸਾਰਿਆਂ ਮੁੰਡਾ ਸੋਫੇ 'ਚ ਹੋਇਆ। ਆਪ ਸੁਹਾਗਰਾ ਹੱਥ ਅੰਦਰ ਆਪਣੀ ਬੀਵੀ ਨੂੰ ਕਹਿੰਦਾ ਜਾਨੂੰ ਮੈਨੂੰ ਤੇਰੇ ਕੋਲ ਪੁੱਤਰ ਚਾਹੀਦਾ। ਉਹ ਐਡੀ ਤੇਜ਼ ਉਹਨੇ ਬੈਠ ਥੱਲੇ ਮੁੰਡਾ ਫੜਾ ਤਾ ਕੱਢ ਕੇ। ਉਹ ਮੁੰਡਾ ਇੱਥੇ ਸਿਰ ਬੰਨ ਕੇ ਫਿਰੀ ਜਾਂਦੇ ਦੇਖੋ। ਇਹੋ ਜਿਹੇ ਬੰਦੇ ਆਪਣੇ ਘਰ ਬਹਿ ਕੇ ਸੋਚ ਰਹੇ ਹੁੰਦੇ, ਯਾਰ ਮੇਰੇ ਗੁਰਦੇ ਵੀ ਕੰਮ ਕਰਦੇ, ਮੇਰਾ ਜਿਗਰ ਵੀ ਕੰਮ ਕਰਦਾ, ਮੈਂ ਕਿਉਂ ਨਹੀਂ ਕੰਮ ਕਰਦਾ? ਅਸੀਂ ਬਿਲਕੁਲ ਸਹੀ ਬਈ, ਮੈਂ ਕਿਉਂ ਨਹੀਂ ਕੰਮ ਕਰਦਾ? ਔਰ ਇਹੋ ਜਿਹੇ ਮੁੰਡੇ ਆਪਣੀ ਸਿਸਟਰ ਨੂੰ ਕਹਿ ਰਹੇ, ਆ ਵੇਖ ਲੈ ਆ ਨਾਲ ਵਾਲਿਆਂ ਨੇ ਗੱਡੀ ਲੈ ਲਈ, ਤੂੰ ਘਰ ਹੀ ਬੈਠੀ ਰਹੀ। ਆਪਣੇ ਚਲਾਕੀ ਕਰਕੇ ਰੌਲਾ ਪਾ ਤਾ, ਕਹਿੰਦਾ ਡੱਬੇ ਸੱਪ ਜੋ ਡੱਬੇ ਸੱਪ ਜੇ, ਸਾਰੀਆਂ ਸਵਾਰੀਆਂ ਉਤਰੀਆਂ, ਕੱਲਾ ਹੀ ਸੌ ਗਿਆ। ਡੇਢ ਘੰਟੇ ਬਾਅਦ ਉੱਠ ਕੇ ਟੀ ਡੀ ਨੂੰ ਪੁੱਛਦਾ ਭਾਜੀ ਫੈਸਲਾਬਾਦ ਆ ਗਿਆ? ਔਰ ਕਹਿੰਦੇ ਬਈ ਡੱਬੇ ਸੱਪ ਜੋ ਡੱਬਾ ਇੱਥੇ ਚੜ ਗਏ ਨੀ। ਫਿਲਮ ਵੇਖਣ ਵਾਸਤੇ ਉਹ ਸ਼ਾਨ ਨੇ ਕਿਹਾ ਮੈਂ ਸਾਰੇ ਕੰਜਰ ਮਾਰ ਦਿਆਂਗਾ। ਇਹ ਆਪਣੇ ਨਾਲ ਦੇ ਗੱਲ ਹੈ, ਕੁੜੀ ਹਵਾਈ ਕਰੈਸ਼ੀ ਤੇ ਚੁੱਕੀ, ਸਾਡਾ ਕੀ ਕਸੂਰ? ਸਾਲਿਆ ਤੇਰਾ ਨਾਂ ਲੈ ਕੇ ਕਹਿਣ ਦੇ, ਇਹ ਸਿਨੇਮੇ ਦੇ ਬਾਹਰ ਖਲੋਤਾ ਮੈਂ, ਹਾਂ ਅੰਦਰ ਨਹੀਂ ਜਾਣ ਡਿਆ। ਕਹਿੰਦਾ ਸ਼ਾਨ ਅੱਜ ਸਾਨੂੰ ਗਾਲਾਂ ਹੀ ਕੱਢੀ ਜਾਣ ਡਿਆ ਯਾਰ।
ਇਹਨੂੰ ਕਿਸੇ ਨੇ ਕਿਹਾ ਕਿ ਬੰਦਾ ਸ਼ਰਾਬ ਪੀ ਕੇ ਸੱਚ ਬੋਲਦਾ, ਇਹਨੇ ਆਪਣੇ ਬੁੱਢੀ ਨੂੰ ਸ਼ਰਾਬ ਪਿਆਤੀ, ਕਹਿੰਦਾ 10 ਪੀ ਕੇ ਮੈਨੂੰ, ਆ ਵੱਡਾ ਮੁੰਡਾ ਕਿਹਦਾ ਈ, ਉਹ ਨਸ਼ੇ ਚ ਹੋ ਗਈ, ਵੱਡਾ ਮੈਂ ਦੱਸ ਨਹੀਂ ਹੈ ਵੱਡਾ, ਇਹਦੇ ਤੇ ਨਹੀਂ, ਉਹਦਾ ਤੇ ਨਹੀਂ, ਉਹਦਾ ਤੇ ਨਹੀਂ, ਕਹਿੰਦੀ ਫਿਰ ਮੰਗਾ ਡਾਲਾ ਮੈਂ ਫੇਰ ਦੱਸਾਂਗੀ। ਓਏ ਉਹ ਵੱਡਾ ਮੁੰਡਾ ਹੁਣ ਕਿੱਥੇ, ਉਹੀ ਤੇ ਮਾਂ ਦੀਆਂ ਐਟਮਾਂ ਕਰ ਕਰ ਵਹਾਉਣ ਡੇ ਆ, ਤੁਸੀਂ ਕਿਤੇ ਬਦਤਮੀਜ਼ੀ ਮੇਰੇ ਨਾਲ। ਅੱਛਾ ਵੈਸੇ ਆਪਸ ਦੀ ਗੱਲ, ਇਹੋ ਜਿਹੇ ਬੰਦੇ, ਓਏ ਇਹੋ ਜਿਹੇ ਬੰਦੇ ਨੂੰ ਵਿਆਹ ਤੇ ਨਾ ਸੱਦੀਏ, ਐਵੇਂ ਸਵੇਰੇ ਸਵੇਰੇ ਸਿਗਰਟ ਲਾ ਕੇ ਮੰਨੇ ਚ ਫਿਰਨ ਲਿਆ ਹੁੰਦਾ। ਮੈਂ ਲਿਆ ਆਸਟੇ, ਮੈਂ ਵੇਖਦਾ ਇੱਥੇ ਕੌਣ ਤੰਬੂ ਲਾਉਂਦਾ। ਔਰ ਇਹੋ ਜਿਹੇ ਮੁੰਡੇ ਵੀ ਆਪਣੀ ਸਿਸਟਰ ਦੇ ਵਿਆਹ ਤੇ ਰੋਂਦੇ ਨਹੀਂ, ਐਵੇਂ ਬਰਾਤੀ ਨੂੰ ਕਹੀਗੇ ਓਹੋ ਜਾਤੇ ਤਾਂ ਮੇਰਾ ਡਾਂਸ ਤਾਂ ਦੇਖਤੇ ਜਾਏ, ਹਲੇ ਉਹ ਬਗੈਰ ਤਾਂ ਰੋਣਾ ਪੈਂਦਾ ਉੱਥੇ। ਇਹਨਾਂ ਨੇ ਬਦਤਮੀਜ਼ੀ ਕੀ, ਤਰਸ ਨਹੀਂ ਕਰਵਾਇਆ ਇਨਕਾ ਮੇਰੇ ਸਾਥ, ਇਹ ਮੇਰਾ ਖਿਆਲ ਡੈਫੀਨੇਟਲੀ ਮੇਰੇ ਦੋਵੇਂ ਸਾਲੇ ਨੇ। ਜੀ ਨਹੀਂ। ਕੌਣ ਨੇ? ਹੱਥ ਤੇ ਮੋਹਰਾ ਲਾਉਂਦਾ ਰਿਹਾ, ਤੂੰ ਚੰਗਾ ਭਾਈ ਇਲੈਕਸ਼ਨ ਤੇ ਖਲੋਤਾ, ਸਦੂਕੜੀ ਫੁੱਲ ਸੀ ਇੱਕ ਬੰਦਾ ਉੱਤੇ ਵੋਟ ਰੱਖ ਕੇ ਚਲਾ ਗਿਆ, ਕਬਰਸਤਾਨ ਮੋਢੇ ਤੇ ਜਨਾਜ਼ਾ ਚੁੱਕਿਆ ਤੇ ਕਬਰਾਂ ਦੇ ਉੱਤੇ ਪੈਰ ਰੱਖਦਾ ਜਾਣ ਡਿਆ, ਇਹਨੂੰ ਮੈਂ ਕਿਹਾ ਥੱਲੇ ਕਬਰਾਂ ਹੀ, ਕਹਿੰਦਾ ਉੱਤੇ ਕਦੋਂ ਮੈਂ VCR ਚੁੱਕਿਆ। ਇਹਦਾ ਪਿਓ ਮਰ ਗਿਆ, ਉਹਦੇ ਮੂੰਹ ਚ ਰੂਹ ਤੁੰਨਿਆ, ਆਪਣੀ ਮਾਂ ਨੂੰ ਜਾ ਕਹਿੰਦਾ ਕਦੋਂ ਆਪਾ ਮਰਿਆ, ਉਹ ਤਾਂ ਲੱਛਾ ਖਾਣ ਡਿਆ। ₹2,00,000 ਪਹੁੰਚ ਗਿਆ ਹੀ ਤੁਹਾਡੇ ਘਰ, ਤੈਨੂੰ ਮੈਂ ਕਿਹਾ ਸੀ ਉਹ ਨੁੱਕਰ ਵਾਲੀ ਤਖਤੀ ਹਟਾ ਦੇ ਉੱਥੋਂ, ਤੇ ਤੂੰ ਵੀ ਤੇ ਲੜ, ਉੱਥੇ ਮਸ਼ੀਨਾਂ ਤੁਹਾਡੀਆਂ ਹੀ ਨੇ। ਅੱਛਾ ਹੁਣ ਕਾਰੀਗਰ ਨੂੰ ਕੁਛ ਨਹੀਂ ਕਹਿਣਾ, ਮੈਂ ਤੇ ਤੇਲ ਤੂਲ ਦਿੰਦਾ ਹੁਣ ਬਸ, ਤੇਲ ਐਡਾ ਲੈ ਕੇ ਆਪਣਾ ਸਲਾਮੀ ਨਹੀਂ ਦਿੱਤੀ ਬਦਤਮੀਜ਼ਾ, ਬਗੈਰਤਾ ਇਹ ਸਲਾਮੀ ਦੇ ਦਿੱਤੀ, ਮੈਂ SHO ਨਾਲ ਵਿਆਹ ਕੀਤਾ। ਅੱਗੇ ਤੈਨੂੰ ਇਸੇ ਕੰਮ ਖੜਦੇ ਸੀ, ਤੂੰ ਲੈ ਚੱਲਾਂ। ਲੋ ਆ ਗਿਆ, ਹੁਣ ਫਿਰ ਨਹਾਉਣਾ ਪੈਣਾ।
ਅੰਦਰ ਤਾਰੀ। ਭਾਈ ਦੋਸਤੋ ਸ਼ੋਰ ਨਹੀਂ ਪਾਣਾ, ਸ਼ੋਰ ਨਹੀਂ ਪਾਣਾ, ਵਜਾ ਤੇਰਾ ਨਿਸ਼ਾਨਾ ਮਿਸ ਹੁੰਦਾ। ਕਿਹੜੀ ਬੇਬੇ ਵਾਲੀ ਗੱਲ ਲੈ ਗਿਆ, ਅੱਗੇ ਤੇਰੇ ਵਰਗਾ ਕਾਰੀਗਰ ਹੋਵੇ ਤੇ ਨਿਸ਼ਾਨਾ ਮਿਸ ਹੋਣ ਦਿੰਦਾ। ਇਹਦਾ ਕੁੱਤਾ ਰੇਸ ਦੌੜਨ ਦੇ, ਇਹ ਮਗਰੋਂ ਕਹਿੰਦਾ ਕਮਾਨ ਟੌਮੀ ਕਮਾਨ, ਉਹ ਰੇਸ ਛੱਡ ਕੇ ਵਾਪਸ ਆ ਗਿਆ। ਸਾੜਿਆ ਪੰਜ ਮਿੰਟ ਬਾਅਦ ਕਹਿ ਲਈ ਨਾ ਤੂੰ ਵਾਪਸ ਆਉਂਦਾ ਨਾ ਚਵਲ ਗੱਲ ਕਰਦਾ। ਤੈਨੂੰ ਕੁੱਤੇ ਦੀ ਤਮੀਜ਼ ਨਹੀਂ, ਤੂੰ ਹੈ ਸ਼ੇਰ ਲੈ ਕੇ ਇਹੋ ਜਿਹੇ ਸ਼ੇਰ ਵੀ ਹੁੰਦੇ ਨੇ ਜਿਹੜੇ ਨਾਲ ਦੇ ਸ਼ੇਰ ਨੂੰ ਕਹਿ ਦਿੰਦੇ ਨੇ ਓਏ ਜਾਨ ਸਿਰਫ ਰਿਸ਼ਤੇ ਹੀ ਨਹੀਂ ਕੱਢਦੇ, ਦਬਕੇ ਨਾਲ ਵੀ ਨਿਕਲ ਜਾਂਦੀ ਜੇ ਤੂੰ ਇਹੋ ਜਿਹੇ ਸ਼ੇਰ ਦਾ ਜਿਹੜਾ ਦਬਕੇ ਨੇ ਜਾਨ ਨਿਕਲ ਜਾਂਦੀ। ਇਹੋ ਜਿਹੇ ਸ਼ੇਰ ਵੀ ਨਾਲ ਦੇ ਸ਼ੇਰ ਨੂੰ ਕਹਿਣਦੇ ਹੁੰਦੇ, ਉਹ ਭਲਵਾਨ ਜਦੋਂ ਕੁੱਤੇ ਭੌਂਕਦੇ ਮੇਰੇ ਤੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਜਾਂਦੀ। ਉਹ ਵੇਖ ਕਿਹੜਾ ਬੇਵਕੂਫ ਸ਼ਨਾਖਤੀ ਕਾਰਡ ਬਣਿਆ ਪਿਆ ਲੈਣ ਨਹੀਂ ਜਾਣ ਡਿਆ। ਕਿਉਂ? ਉਹ ਕਹਿੰਦੇ ਅੱਬੇ ਦਾ ਨਾਂ ਲਿਖਾ ਕੇ ਲੈ ਜਾ। ਇਹਦੀ ਮਾਂ ਨੇ ਵੀ ਸ਼ਨਾਖਤੀ ਕਾਰਡ ਬਣਾਇਆ, ਉਹਨਾਂ ਨੇ ਉੱਤੇ ਬੇਵਾ ਲਿਖਤਾ। ਇਹਦੀ ਮਾਂ ਉੱਥੇ ਪਹੁੰਚ ਗਈ, ਇਹਦੇ ਪਿਓ ਨੂੰ ਲੈ ਕੇ ਕਹਿੰਦੀ ਮੇਰਾ ਖਾਮ ਜ਼ਿੰਦਾ, ਤੁਸੀਂ ਬੇਵਾ ਲਿਖਿਆ ਇਹਨੂੰ ਠੀਕ ਕਰੋ। ਉਹਨੇ ਦਰਾਜ਼ ਖੋਲਿਆ, ਬੰਦੂਕ ਕੱਢ ਕੇ ਠਾ ਗੋਲੀ ਮਾਰ ਕੇ ਕਹਿੰਦਾ ਇਹਨੂੰ ਠੀਕ ਹੋ ਗਏ। ਆਹ ਨੀ ਸ਼ਨਾਖਤੀ ਕਾਰਡ ਗੱਲ ਬਣ ਜਾਂਦੇ ਨੇ। ਇਹਦੀ ਮਾਂ ਬੇਵਾ ਸੀ, ਉਹਨਾਂ ਨੇ ਸ਼ਾਦੀ ਸ਼ੁਦਾ ਲਿਖਤਾ। ਅੱਛਾ, ਗਈ ਫਿਰ ਦਫ਼ਤਰ, ਕਹਿੰਦੀ ਬੰਦਾ ਪੂਰਾ ਕਰਕੇ ਦਿਓ। ਉਹਨਾਂ ਫਿਰ ਟੋਰਿਆ ਕਮੀ ਵਾਲੀ ਦਾ ਜਵਾਨ ਨਾਲ, ਉਹਨੇ ਪਹਿਲੇ ਦਿਨ ਇਹਨਾਂ ਦੇ ਘਰ ਆ ਕੇ ਮਗਾ ਜਾਲਾ, ਇਹ ਗੁਲ ਕਵੇ ਨਹੀਂ ਲਿਆਵਾਂ ਖਾਲਾ, ਉਹਨੇ ਕਹਿੰਦਾ ਨਹੀਂ ਮਾਰ ਡਾਲਾ। ਗਰੀਬਾਂ ਵਾਲੀਆਂ ਗੱਲਾਂ ਨਾ, ਅਮੀਰ ਆਦਮੀ ਜਦੋਂ ਵੀ ਸੱਤਵੀਂ ਬਿਲਡਿੰਗ ਤੇ ਖਲੋਤਾ ਵਾ, ਉਹ ਆਪਣੇ ਬੱਚਿਆਂ ਨੂੰ ਕਰਨਾ, ਉਹ ਦੇਖੋ ਨੀਚੇ ਗਾੜੀਏ ਜਾ ਰਹੀ, ਉਹ ਦੇਖੋ ਪਲਾਜ਼ਾ, ਉਹ ਦੇਖੋ ਸਵਿਮਿੰਗ ਪੂਲ। ਗਰੀਬ ਆਦਮੀ ਜਦੋਂ ਵੀ ਸੱਤਵੀਂ ਬਿਲਡਿੰਗ ਤੇ ਖਲੋਤਾ, ਉਹ ਆਪਣੇ ਬੱਚੇ ਨੂੰ ਇਹੀ ਕਹਿਣਾ ਦਾ, ਇਹ ਵੇਖਣਾ ਸਭ ਤੋਂ ਪਹਿਲੇ ਥੁੱਕ ਮੇਰਾ ਥੱਲੇ ਜਾਏਗਾ। ਨਹੀਂ ਨਹੀਂ, ਸੱਚਾ ਹੈ ਸੱਚਾ ਹੈ। ਉਹ ਸੋਹਣਿਆ, ਥੁੱਕ ਦੀ ਕਦਰ ਤੈਨੂੰ ਹੀ ਹੋ ਸਕਦੀ ਹੈ। ਭਾਜੀ ਆੜਤੀ ਆ, ਪੈਸੇ ਗਿਣਦੇ ਤੇ ਬੱਤੀ ਤੇ ਬੱਤੀਆਂ ਬੰਦ ਕਰਕੇ ਪੁੱਛਿਆ ਹੋਇਆ ਕੀ, ਕਹਿੰਦਾ ਵੇ ਮੇਰੀ ਘੜੀ ਬਲਦੀ। ਸਾਰਿਆ ਉਂਜ ਬਹਾਰਾ, ਬਹਰਹਾਲ ਸ਼ੋਰ ਨਹੀਂ ਪਾਉਣਾ। ਅੱਛਾ ਕਿਉਂ ਹੈ ਨਹੀਂ ਪਾਉਣਾ ਸ਼ੋਰ? ਜ਼ਮਾਨਾ ਪਾਈ, ਜ਼ਮਾਨੇ ਨੂੰ ਅੱਗ ਲੱਗੀ ਪਈ, ਦੌਰ ਹੀ ਠੀਕ ਨਹੀਂ ਹੈਗਾ। ਸਾਡੇ ਮੁਹੱਲੇ ਇੱਕ ਕੁੜੀ ਸੀ, ਉਹ ਡਰਾਮਿਆਂ ਦੇ ਵਿੱਚ ਗੰਦੇ ਗਾਣਿਆਂ ਤੇ ਡਾਂਸ ਕਰਦੀ ਸੀ, ਖੁੱਲੇ ਗਲੇ ਪਾ ਕੇ। ਅੱਲਾ ਮਾਫੀ, ਉਹਦੇ ਭਰਾ ਦਾ ਨੱਕ ਐਡਾ ਵੱਡਾ ਹੋ ਗਿਆ ਸੀ। ਜ਼ਮਾਨੇ ਖਰਾਬ, ਵਕਤ ਹੀ ਪੈਣਾ ਆ ਗਿਆ ਜਨਾਬ। ਸਾਡੇ ਮੁਹੱਲੇ ਕੁੜੀ ਸੀ ਜਨਾਬ, ਸ਼ੁਕਰ ਹੈ ਭਾਈ ਹਾਜ ਤੇ ਚਲੀ ਗਈ, ਛੇਤੀ ਨੂੰ ਮੈਨੂੰ ਸੁਣੀ ਗਈ। ਸ਼ੁਕਰ ਸਾਲਿਆ, ਬੈਂਕਾਕ ਕਿਹੜਾ ਹੱਜ ਹੁੰਦਾ ਜੀ। ਭਾਈ ਜੀ ਕੁੜੀ ਸੀ ਸਾਡੇ ਮੁਹੱਲੇ, ਦੋ ਪੁੱਤਰ ਹੋਏ ਉਹਦੇ, ਵਿਆਹ ਨਹੀਂ ਸੋਦਾ ਹੋਇਆ, ਲੇਕਿਨ ਉਹਦਾ ਭਰਾ ਚਿੱਟਾ ਸਾਫਾ ਪਾ ਕੇ ਬੈਠਾ ਰਹਿੰਦਾ ਸੀ। ਤੈਨੂੰ ਮੈਂ ਕਿਹਾ ਸੀ ਨਾ ਮੇਰੇ ਨਾਲ ਨਾ ਵਟਾ, ਉਹ ਜ਼ਮਾਨਾ ਹੀ ਬਹੁਤ ਗਲਤ ਹੋ ਗਿਆ ਜੀ।
ਖਲੋਤਾ ਰਹਿੰਦਾ ਸੀ, ਇੱਕ ਪੌੜੀਆਂ ਚ ਬੈਠਾ। ਅੱਛਾ ਪੌੜੀਆਂ ਵਾਲਾ ਮੈਂ ਨੀ ਵੇਖਿਆ, ਉਤਲਾ ਮੈਂ ਵੇਖ ਲਿਆ, ਉਹ ਖਲੋਤਾ ਜੋ ਮਰਜ਼ੀ ਲੈ ਲੈ ਕੋਈ ਗੱਲ ਨੀ, ਹੈ ਪਤੋਕੀ ਦੇ ਸਾਨੂੰ ਪਿੱਛੋਂ। ਲੇਕਿਨ ਉਹਨੂੰ ਕੋਈ ਹਜ਼ਾਰ ਹੀ ਸੀ, ਸਾਰਾ ਦਿਨ ਸਿਰ ਬੰਨ ਕੇ ਫਿਰੀ ਜਾਵੇ, ਇਸ ਤਰ੍ਹਾਂ ਪੱਤੋ ਕੀ ਪਰੇ ਹੋ ਜਾਏਗੀ ਜਾਂ ਕੰਨੇ ਬਈ ਦੋਸਤੋ ਕੀ ਸ਼ੋਰ ਨਹੀਂ ਕਰਨਾ, ਮੈਂ ਤੈਨੂੰ ਕਹਿ ਰਿਹਾ ਤੇਰੇ ਡਾਕੇ ਖੋਲਣ ਲੱਗੇ। ਜ਼ਲੀਲ ਆਦਮੀ, ਮੇਰੇ ਕਿਉਂ ਟਾਂਕੇ ਖੋਲਣ ਲੱਗੇ ਨੇ? ਆ ਪਾਣੀ ਰੱਖ ਲਓ, ਜਰਾ ਪਾਣੀ ਜੱਗ ਚ ਪਿਆ। ਅੱਛਾ ਜੀ, ਹਿਲਾ ਰਹੀ ਕਿਉਂਕਿ ਠੰਡਾ ਥੱਲੇ ਬੈਠਾ ਹੋਏਗਾ ਜੀ, ਕੱਪੜੇ ਸੀਣੇ ਦਿੱਤੇ ਨੇ। ਚੱਲ ਜਲਦੀ ਜੀ, ਮੈਂ ਵੀ ਅੰਦਰ ਨਿਕਲ ਸੀਣੀ ਦਿੱਤੀ। ਕਿਉਂ ਸਵਾਨਾ, ਪਾਣੀ ਪੂਣੀ ਧੋਂਦੀ ਨੀ ਤੂੰ? ਪਾਗਲ ਹੋਇਆ ਰੌਲੇ ਚ ਭੁੱਲਣਾ ਜਾਣਾ, ਆ ਮੇਰਾ ਤੀਸਰਾ ਨੰਬਰ ਆ। ਆਪਣਾ ਜਨਾਬ ਕਿੰਨਵਾ? ਤੀਸਰਾ। ਇੱਕ ਮਿੰਟ ਠਹਿਰ ਜਾ, ਇੱਕ ਦੋ ਤਿੰਨ, ਹਾਂ ਠੀਕ ਹੈ। ਇਹ ਬਗੈਰ ਤਾਂ ਕੀ ਕਹੀ ਜਾਂਦਾ ਉਹਨੂੰ? ਉਹ ਚਵੜੇ, ਉਹ ਮੇਰੀ ਗੱਲ ਤੇ ਸਮਝਿਆ ਹੀ ਨਹੀਂ, ਆਪਣੀ ਕਰ ਗਿਆ।